प्यारे बच्चों हम आपा ਕਰਨ ਜਾ ਰਹੇ ਆ ਨੈਸ ਅਭਿਆਸ 26 ਜਮਾਤ 5ਵੀਂ ਵਿਸ਼ਾ ਵਾਤਾਵਰਨ ਸਿੱਖਿਆ ਆਪ ਦੇਖਦੇ ਆ ਪ੍ਰਸ਼ਨ ਨੰਬਰ 1 ਬਰਖਾ ਦੇ ਦਿਨਾਂ ਵਿੱਚ ਠੰਡੇ ਪਾਣੀ ਦਾ ਭਰਿਆ ਗਲਾਸ ਖੁੱਲੇ ਵਿੱਚ ਰੱਖਣ ਤੇ ਕੁਝ ਛੇਰ ਬਾਅਦ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਜੰਮ ਜਾਂਦੀਆਂ ਹਨ ਇਸ ਤੋਂ ਪਾਣੀ ਦੀ ਕਿਸ ਵਿਸ਼ੇਸ਼ਤਾ ਦਾ ਪਤਾ ਲੱਗਦਾ ਹੈ ਆਪਸ਼ਨ ਹਨ ਪਾਣੀ ਦੇ ਬਾਸ਼ਪੀਕਰਨ ਪਾਣੀ ਦੇ ਸੰਗਨਨ ਪਾਣੀ ਗੰਧਰਹਿਤ ਹੁੰਦਾ ਹੈ ਪਾਣੀ ਦਾ ਕੋਈ ਸਵਾਦ ਨਹੀਂ ਹੁੰਦਾ ਬੱਚੋ ਇਸ ਦੀ ਸਹੀ ਆਪਸ਼ਨ ਹੈ ਐੜਾ ਪਾਣੀ ਦੇ ਸੰਗਨਨ ਕਰਕੇ ਸੋ ਅਸੀਂ ਐੜਾ ਨੂੰ ਸਰਕਲ ਕਰ ਦਮਾਗੇ ਪ੍ਰਸ਼ਨ 2 ਗਲਤ ਜੋੜੇ ਦੀ ਪਛਾਣ ਕਰੋ ਆਪਸ਼ਨ ਹਨ ਨਿੰਬੂ ਖੱਟਾ ਹੁੰਦਾ ਹੈ ਸ਼ਹਿਦ ਕੋੜਾ ਹੁੰਦਾ ਹੈ ਦਾਲ ਚਾਵਲ ਨਮਕੀਨ ਇਮਲੀ ਖੱਟੀ ਬਿਲਕੁਲ ਸਹੀ ਬੱਚਿਓ ਸਹੀ ਆਨਸਰ ਹੈ ਐੜਾ ਜਿਹੜਾ ਸ਼ਾਇਦ ਆ ਉਹ ਕੋੜਾ ਨਹੀਂ ਹੁੰਦਾ ਇਸ ਲਈ ਗਲਤ ਜੋੜਾ ਹੈ ਅਸੀਂ ਐੜਾ ਨੂੰ ਸਰਕਲ ਕਰ ਦਵਾਂਗੇ ਪ੍ਰਸ਼ਨ ਨੰਬਰ 3 ਨਿਮਨ ਨਕਸ਼ੇ ਦੀ ਮਦਦ ਨਾਲ ਅਸੀਂ ਜਾਣ ਸਕਦੇ ਹਾਂ ਕਿ ਆਕਾਰ ਪੱਖੋਂ ਕੀ ਸਭ ਤੋਂ ਛੋਟਾ ਹੋਵੇਗਾ ਬੱਚੇ ਸਾਨੂੰ ਇੱਕ ਪਾਸੇ ਪੰਜਾਬ ਦਾ ਨਕਸ਼ਾ ਅਤੇ ਇੱਕ ਪਾਸੇ ਸਾਨੂੰ ਇੰਡੀਆ ਦਾ ਨਕਸ਼ਾ ਦਿੱਤਾ ਗਿਆ ਹੈ ਆਪਸ਼ਨ ਹਨ ਬਠਿੰਡਾ ਪੰਜਾਬ ਭਾਰਤ ਕੋਈ ਵੀ ਨਹੀਂ ਬੱਚਿਓ ਸਾਹਮਣੇ ਲੋਕਰ ਵਿੱਚ ਛੋਟਾ ਬਠਿੰਡਾ ਹੋਏਗਾ ਔਰ ਸਹੀ ਆਪਸ਼ਨ ਹੋਏਗੀ ਊੜਾ ਜਿਸ ਨੂੰ ਅਸੀਂ ਸਰਕਲ ਕਰ ਦਵਾਂਗੇ ਪ੍ਰਸ਼ਨ 4 ਨਕਸ਼ਾ ਦੇ ਕੇ ਦੱਸੋ ਕਿ ਹਰਿਆਣਾ ਪੰਜਾਬ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਬੱਚਿਓ ਇਹ ਸਾਨੂੰ ਪੰਜਾਬ ਦਾ ਨਕਸ਼ਾ ਦਿੱਤਾ ਗਿਆ ਹੈ ਪੰਜਾਬ ਦੇ ਉੱਪਰ ਵੱਲ ਜੰਮੂ ਅਤੇ ਕਸ਼ਮੀਰ ਸੱਜੇ ਹੱਥ ਹਿਮਾਚਲ ਪ੍ਰਦੇਸ਼ ਥੋੜਾ نیچے ਹਰਿਆਣਾ ਖੱਬੇ نیچے ਰਾਜਸਥਾਨ ਔਰ ਜੰਮੂ ਅਤੇ ਕਸ਼ਮੀਰ ਦੇ ਨਾਲ ਪਾਕਿਸਤਾਨ ਸਾਨੂੰ ਦਿਖਾਈ ਦੇ ਰਿਹਾ ਹੈ ਅਸੀਂ ਦੱਸਣਾ ਹੈ ਕਿ ਹਰਿਆਣਾ ਕਿਸ ਸਾਈਡ ਵੱਲ ਹੈ ਬੱਚਿਓ ਅਸੀਂ ਜੇ ਦੇਖੀਏ ਸਾਡੀਆਂ ਆਹ ਡਾਇਰੈਕਸ਼ਨਸ ਬੰਦੀਆਂ ਹਨ ਜੰਮੂ ਅਤੇ ਕਸ਼ਮੀਰ ਉੱਤਰ ਵੱਲ ਹੈ। ਨੀਚੇ ਦੱਖਣ ਹੈ। ਇਸਾਈਡ ਪੂਰਬ اور ਇਸਾਈਡ ਪੱਛਮ ਦਿਸ਼ਾ ਹੈ। ਸੋ ਬੱਚਿਓ ਆਪਾਂ ਕਹਿ ਸਕਦੇ ਹਾਂ ਵੀ ਹਰਿਆਣਾ ਸਾਡਾ ਜਿਹੜਾ ਆ ਉਹ ਦੱਖਣ ਪੂਰਬ ਵਿੱਚ ਹੈ। ਪਰ ਦੱਖਣ ਪੂਰਬ ਦੀ ਆਪਸ਼ਨ ਨਾ ਹੋਣ ਕਰਕੇ ਅਸੀਂ ਇਸ ਨੂੰ ਆਪਸ਼ਨ E ਦੀ ਪੂਰਬ ਮੰਨਾਂਗੇ। ਸੋ ਅਸੀਂ ਇਹਨੂੰ ਸਰਕਲ ਕਰ ਦੇਵਾਂਗੇ। ਪ੍ਰਸ਼ਨ 5 ਜੇਕਰ ਤੁਹਾਡੇ ਕੋਲ ਜਗ੍ਹਾ ਘੱਟ ਹੈ ਅਤੇ ਰਹਿਣ ਵਾਲੇ ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਦਾ ਘਰ ਬਣਾਓਗੇ? ਆਪਸ਼ਨ ਹਨ ਟਰੀ ਹਾਊਸ, ਪੱਕਾ ਘਰ, ਬਹੁਮੰਜ਼ਲਾ ਘਰ ਜਾਂ ਟੰਬੂ। ਬੱਚਿਓ ਜਦੋਂ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਵੇਗੀ ਅਤੇ ਜਗ੍ਹਾ ਘੱਟ ਹੋਵੇਗੀ ਤਾਂ ਅਸੀਂ ਬਹੁਮੰਜ਼ਲਾ ਘਰ ਬਣਾਵਾਂਗੇ ਸਹੀ ਆਪਸ਼ਨ ਹੋਏਗੀ ਸਾਡੀ ਈਡੀ ਈਡੀ ਯੂਨੀਵਰਸਿਟੀ ਸਰਕਲ ਕਰ ਦਵਾਂਗੇ ਅਚੋ ਇਹ ਸੀ ਤੁਹਾਡੀ ਅੱਜ ਦੀ ਵਾਤਾਵਰਣ ਦੀ ਅਭਿਆਸ ਸ਼ੀਟ ਆਸ ਕਰਦਾ ਹਾਂ ਕਿ ਤੁਸੀਂ ਇਸ ਨੂੰ ਦੁਹਰਾਓਗੇ ਅਤੇ ਇਸ ਤੋਂ ਕੁਝ ਨਾ ਕੁਝ ਜ਼ਰੂਰ ਸਿੱਖੋਗੇ ਥੈਂਕ ਯੂ ਬੱਚਾ